ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਲੂ ਮੇਥੇ। ਠੀਕ ਹੈ ਜੀ। ਮੇਥੇ ਅਸੀਂ ਧੋ ਕੇ ਸਵਾਰ ਕੇ ਕੱਟ ਲਈ ਆ। ਇੱਧਰ ਕੱਟ ਲਏ ਸੀ ਆਲੂ ਅਤੇ ਇੱਧਰ ਲੈ ਲਿਆ ਸੀ ਹਰੀਆਂ ਮਿਰਚਾਂ। ਹੁਣ ਅਸੀਂ ਇਹਨਾਂ ਨੂੰ ਤੁਹਾਨੂੰ ਬਣਾ ਕੇ ਦਿਖਾਵਾਂਗੇ। ਵੈਰੀ ਈਜ਼ੀ ਰੈਸਪੀ। ਇਹ ਪਾ ਲਿਆ ਸੀ ਸਰ੍ਹੋਂ ਦਾ ਤੇਲ। ਠੀਕ ਹੈ ਜੀ। ਇਹਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰਾਂਗੇ। ਲਓ ਜੀ, ਤੇਲ ਸਾਡਾ ਗਰਮ ਹੋ ਗਿਆ ਆ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਲੂਣ। ਠੀਕ ਹੈ ਜੀ। ਅਤੇ ਥੋੜ੍ਹੀ ਜਿਹੀ ਪਾਵਾਂਗੇ ਹਲਦੀ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ। ਇਹਨੂੰ ਕਰਾਂਗੇ ਮਿਕਸ। ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਆਲੂ। ਆਲੂ ਪਾ ਕੇ ਥੋੜ੍ਹੀ ਕੁ ਦੇਰ ਇਹਨੂੰ ਅਸੀਂ ਆਲੂਆਂ ਨੂੰ ਫਰਾਈ ਵੀ ਕਰਾਂਗੇ। ਠੀਕ ਹੈ। ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਮੇਥੀ। ਇਹਨੂੰ ਕਰੋ ਮਿਕਸ। ਬਹੁਤ ਸੌਖੀ ਰੈਸਪੀ ਹੈ ਜੀ ਇਹ। ਠੀਕ ਹੈ। ਅਤੇ ਬਣਦੀ ਵੀ ਬਹੁਤ ਸਵਾਦ ਹੈ। ਅਸੀਂ ਆਸਾਨੀ ਨਾਲ ਬਣਾ ਸਕਦੇ ਹਾਂ ਇਹਨੂੰ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਇਹਨੂੰ ਦੇਣਾ ਆ ਢਾਕ ਕੇ। ਠੀਕ ਹੈ ਜੀ। ਲਓ ਜੀ, ਸਬਜ਼ੀ ਅਸੀਂ ਦਿੱਤੀ ਆ ਢਾਕ 'ਤੇ। ਇਹਨੂੰ ਥੋੜ੍ਹੀ ਥੋੜ੍ਹੀ ਦੇਰ ਬਾਅਦ ਅਸੀਂ ਚੈੱਕ ਕਰੀ ਜਾਣਾ। ਠੀਕ ਹੈ ਜੀ। ਲਓ ਜੀ, ਵਿੱਚ ਵਿੱਚ ਇਹਦੇ ਵਿੱਚ ਤੁਸੀਂ ਕੜਛੀ ਮਾਰਨੀ ਆ। ਠੀਕ ਆ। ਹਜੇ ਕੱਚੀ ਆ ਜੀ ਸਬਜ਼ੀ, ਹਜੇ ਇਹਨੂੰ ਢੱਕ ਦੇਵਾਂਗੇ ਅਸੀਂ। ਠੀਕ ਆ। ਥੋੜ੍ਹੀ ਦੇਰ ਬਾਅਦ ਇਹਨੂੰ ਅਸੀਂ ਫਿਰ ਚੈੱਕ ਕਰਾਂਗੇ। ਲਿਓ ਜੀ, ਲਓ ਜੀ, ਅਸੀਂ ਹੁਣ ਚੈੱਕ ਕਰਦੇ ਹਾਂ ਸਬਜ਼ੀ। ਇਹਦੇ ਵਿੱਚ ਆਲੂ ਨਾ, ਆਲੂ ਨੂੰ ਇੱਦਾਂ ਕਰਕੇ ਦੇਖ ਲੈਣਾ। ਲਓ ਜੀ, ਆਲੂ ਵੀ ਸਾਡੇ ਹੋ ਗਏ ਆ ਅਤੇ ਮੇਥੀ ਵੀ ਸਾਡੀ ਹੋ ਗਈ। ਠੀਕ ਹੈ ਜੀ। ਆ ਦੇਖੋ ਜੀ, ਬਸ 5 ਮਿੰਟ ਨੂੰ ਅਸੀਂ ਹੋਲ ਸੇਕ ਲਵਾਵਾਂਗੇ। ਠੀਕ ਹੈ ਜੀ। ਲਿਓ ਜੀ, ਚੈੱਕ ਕਰਦੇ ਹਾਂ ਅਸੀਂ। ਲਓ ਜੀ, ਸਬਜ਼ੀ ਸਾਡੀ ਬਣ ਕੇ ਬਿਲਕੁਲ ਤਿਆਰ ਆ ਜੀ। ਠੀਕ ਹੈ ਜੀ। ਸਬਜ਼ੀ ਸਾਡੀ ਬਣ ਗਈ ਹੈ। ਜੇ ਤੁਹਾਨੂੰ ਸਾਡੀ ਸਬਜ਼ੀ ਪਸੰਦ ਆਈ ਹੈ ਜੀ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਲਾਈਕ ਕਰ ਦਿਓ ਪਲੀਜ਼। ਥੈਂਕ ਯੂ। ਓਕੇ ਜੀ।